ਸ਼ਗਨ ਨਗਰ ਕੌਂਸਲ ਦੇ 13 ਵਾਰਡਾਂ ਦੇ ਚੋਣ ਨਤੀਜੇ ਸਾਹਮਣੇ ਆ ਗਏ ਹਨ। ਇੱਥੇ 10 ਵਾਰਡਾਂ ਵਿੱਚੋਂ ਆਜ਼ਾਦ ਉਮੀਦਵਾਰ, 3 ਵਾਰਡਾਂ ਦੇ ਵਿੱਚੋਂ ਦੀ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ। ਸ਼ੰਕਰ ਸ਼ਹਿਰ ਵਾਸੀਆਂ, ਪੁਲਿਸ ਡਿਪਾਰਟਮੈਂਟ, ਸਾਡਾ ਚੋਣ ਅਮਲਾ ਸਾਰਾ, ਇਹਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਡੀ ਜਿਹੜੀ ਇਲੈਕਸ਼ਨ ਹੈ ਬਹੁਤ ਹੀ ਪੀਸਫੁਲ ਅਤੇ ਸਕਸੈਸਫੁਲੀ ਜਿਹੜੀ ਕੰਪਲੀਟ ਹੋਈ ਹੈ। ਅਤੇ ਇਹਦੇ ਨਾਲ ਹੀ ਜਿਹੜਾ ਅਸੀਂ ਕਾਊਂਟਿੰਗ ਦਾ ਪ੍ਰੋਸੈਸ ਹੈ ਉਹ ਪੂਰਾ ਕਰ ਲਿਆ। ਅਤੇ ਇਹਦੇ 'ਚ ਮੈਂ ਵਾਰਡ ਵਾਈਜ਼ ਹੈ ਉਹ ਦੱਸਦਾ ਵੀ ਕੌਣ ਕੌਣ ਵਿਨਰ ਹੈ। ਵਾਰਡ ਨੰਬਰ 1 'ਚ ਬਿਮਲਾ ਦੇਵੀ ਵਿਨਰ ਹੈ। ਵਾਰਡ ਨੰਬਰ 2 'ਚ ਸ਼੍ਰੀ ਤ੍ਰਿੰਬਕ ਦਰਜੀ। ਵਾਰਡ ਨੰਬਰ 3 'ਚ ਸ਼੍ਰੀਮਤੀ ਇੰਦਰਜੀਤ ਕੌਰ। ਅਤੇ ਵਾਰਡ ਨੰਬਰ 4 'ਚ ਸ਼੍ਰੀ ਸੁਮਿਤ ਸੋਨੀ। ਵਾਰਡ ਨੰਬਰ 5 'ਚ ਸ਼੍ਰੀ ਦੀਪਕ ਕੁਮਾਰ। ਵਾਰਡ ਨੰਬਰ 6 'ਚ ਸ਼੍ਰੀ ਹਰਪ੍ਰੀਤ ਸਿੰਘ। ਵਾਰਡ ਨੰਬਰ 7 'ਚ ਸ਼੍ਰੀ ਕਿਰਪਾਲ ਰਾਮ। ਵਾਰਡ ਨੰਬਰ 8 'ਚ ਸ਼੍ਰੀ ਭਾਵਨਾ ਕਿਰਪਾਲ। ਵਾਰਡ ਨੰਬਰ 9 'ਚ ਸ਼੍ਰੀਮਤੀ ਸ਼ੀਲਾ ਦੇਵੀ। ਵਾਰਡ ਨੰਬਰ 10 'ਚ ਕਰਨੈਲ ਸਿੰਘ। ਵਾਰਡ ਨੰਬਰ 11 'ਚ ਜਸਵਿੰਦਰ ਕੌਰ, ਸ਼੍ਰੀਮਤੀ ਜਸਵਿੰਦਰ ਕੌਰ। ਅਤੇ ਵਾਰਡ ਨੰਬਰ 12 'ਚ ਸ਼੍ਰੀ ਸੋਮਨਾਥ ਵਾਂਗੜ। ਅਤੇ ਵਾਰਡ ਨੰਬਰ 13 'ਚ ਸ਼੍ਰੀਮਤੀ ਪਰਵੀਨ। ਇਹ ਜਿਹੜੇ ਆ ਉਹ ਅਸੀਂ ਵਿਨਰ ਡਿਕਲੇਅਰ ਕੀਤੇ ਆ। ਇਹਨਾਂ ਨੂੰ ਜਿਹੜੇ ਸਰਟੀਫਿਕੇਟ ਆ ਉਹ ਅਸੀਂ ਕੱਲ੍ਹ ਡਿਸਟ੍ਰੀਬਿਊਟ ਕਰਾਂਗੇ ਸਾਡੇ ਮੇਰੇ ਦਫ਼ਤਰ 'ਚ। ਅਤੇ ਬਾਕੀ ਮੈਂ ਸਾਰੇ ਹੀ ਜਿਹੜੇ ਪਾਰਟੀਸਪੈਂਟ ਹੈਗੇ ਸੀ, ਇਨਕਲੂਡਿੰਗ ਪ੍ਰੈਸ, ਅਤੇ ਜਿਨ੍ਹਾਂ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਅਤੇ ਬਹੁਤ ਹੀ ਆਪਣਾ ਤਸੱਲੀਬਖਸ਼ ਤਰੀਕੇ ਨਾਲ ਜਿਹੜੀ ਵੋਟਿੰਗ ਕੀਤੀ ਹੈ। ਅਤੇ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰੀ ਇਸ ਪੀਸਫੁੱਲ ਪ੍ਰੋਸੈਸ 'ਚ ਆਪਣਾ ਯੋਗਦਾਨ ਕਰਿਆ।